ਸਟੋਰੀ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਅੱਜ ਲੇਬਰ ਵਾਲਿਆਂ ਨਾਲ ਮਨਾਈ ਦੀਵਾਲੀ। ਜਦੋਂ ਇਸ ਬਾਅਦ ਵਿੱਚ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮੇਰਾ ਪਰਿਵਾਰ, ਮੈਂ ਇਹਨਾਂ ਨਾਲ ਵੀ ਦੀਵਾਲੀ ਮਨਾਈ ਹੈ ਅਤੇ ਅੱਗੇ ਵੀ ਦੀਵਾਲੀ ਮਨਾਉਂਦਾ ਰਹਾਂਗਾ। ਜਦੋਂ ਇਸ ਸੰਬੰਧ ਵਿੱਚ ਆਮ ਪਾਰਟੀ ਦੀ ਟੀਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਵਧੀਆ ਉਪਰਾਲਾ ਐਮਐਲਏ ਸਾਹਿਬ ਦਾ ਕਿ ਇਹੋ ਜਿਹੇ ਉਪਰਾਲੇ ਸਮੇਂ ਸਿਰ ਕਰਦੇ ਰਹਿੰਦੇ ਹਨ। ਜਦੋਂ ਲੇਬਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਖੁਸ਼ੀ ਖੁਸ਼ੀ ਕਿਹਾ ਕਿ ਪਹਿਲਾਂ ਉਹਨਾਂ ਨੇ ਸਾਨੂੰ ਸ਼ੈੱਡ ਬਣਾ ਕੇ ਦਿੱਤੀ ਹੈ ਅਤੇ ਹੁਣ ਸਾਡੇ ਨਾਲ ਦੀਵਾਲੀ ਮਨਾਉਣ ਆਏ ਹਨ, ਸਾਨੂੰ ਬੜਾ ਵਧੀਆ ਲੱਗਿਆ। ਬਟਾਲਾ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ, ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਆਸ ਕਰਦਾ ਪਰਮਾਤਮਾ ਅੱਗੇ ਆਉਣ ਵਾਲਾ ਸਮਾਂ ਜਿਹੜਾ ਤੁਹਾਡੇ ਲਈ ਦਿਨ ਦੁਗਣੀ ਰਾਤ ਚੁਗਣੀ ਜਿਹੜੀ ਹੈ ਮਿਹਨਤ ਔਰ ਤਰੱਕੀ ਭਰਿਆ ਹੋਵੇ ਤਾਂ ਜੋ ਕਿ ਆਉਣ ਵਾਲਾ ਸਮਾਂ ਤੁਹਾਡਾ ਖੁਸ਼ੀਆਂ ਭਰਿਆ। ਦੇਖੋ ਜੀ, ਮੇਰਾ ਪਰਿਵਾਰ ਹੈ ਜੀ, ਹਰ ਬੰਦਾ ਆਪਣੇ ਪਰਿਵਾਰ ਨਾਲ ਦੀਵਾਲੀ ਸੈਲੀਬ੍ਰੇਟ ਕਰਦਾ ਔਰ ਮੈਂ ਆਪਣੇ ਪਰਿਵਾਰ ਨਾਲ ਦੀਵਾਲੀ ਸੈਲੀਬ੍ਰੇਟ ਕਰਨ ਆਇਆ ਜੀ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣ ਆਇਆ, ਮਿਲਣ ਆਇਆ ਜੀ ਇਹਨਾਂ ਨੂੰ ਔਰ ਵਧਾਈ ਇੱਕ ਦੂਜੇ ਨੂੰ ਦੇਣਾ ਹੈ ਜੀ। ਖੁਸ਼ੀਆਂ ਨੂੰ ਆਲ ਵਰਲਡ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੇ ਸ਼ਹਿਰ ਦੇ ਬਟਾਲਾ ਦੇ ਸ਼ਮਸ਼ੇਰ ਸਿੰਘ ਸ਼ਹਿਰੀ ਕਲਸੀ ਜੀ, ਜੋ ਕਿ ਬੜੇ ਸ਼ਹਿਰ ਦੇ ਬੜੇ ਤਗੜੇ ਤਗੜੇ ਪੁਰਾਣੇ ਵਾਲੇ ਕੀਤੇ ਨੇ। ਅੱਜ ਵੀ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਲੇਬਰ ਯੂਨੀਅਨ ਦੇ ਵਿੱਚ ਆ ਕੇ ਉਹਨਾਂ ਨੇ ਦੀਵਾਲੀ ਦਾ ਪ੍ਰਸਤਾਵ ਕੀਤਾ। ਦੀਵਾਲੀ ਜਿਹੜੀ ਮਿਠਾ ਮੂੰਹ ਮਿੱਠਾ ਕਰਾ ਕੇ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ। ਇਹ ਸਾਰੀ ਲੇਬਰ ਜਿਹੜੀ ਦਿਲੋਂ ਇਹਨਾਂ ਦਾ ਧੰਨਵਾਦ ਕਰਦੀ ਹੈ। ਅਸੀਂ ਸਾਰੇ ਇਹਨਾਂ ਦੇ ਨਾਲ ਹਾਂ। ਜੈ ਸ਼੍ਰੀ ਰਾਮ। ਅਸੀਂ ਮਜ਼ਦੂਰ ਲੋਕ ਹਾਂ ਜੀ, ਐਮਐਲਏ ਸਾਹਿਬ ਦਾ ਧੰਨਵਾਦ ਗਰੀਬਾਂ ਦੇ ਅਚਾਨਕ ਦੀਵਾਲੀ ਮਨਾ ਰਹੇ ਹਾਂ। ਪਹਿਲੇ ਨੰਬਰ 'ਤੇ ਸਾਡੀ ਉਹਨਾਂ ਨੇ ਛੱਤ ਸਿਰ ਵੱਲ ਧੱਕਿਆ, ਛੱਤ ਬਣਾ ਕੇ ਦਿੱਤੀ। ਅਸੀਂ ਨਹੀਂ ਤਾਂ ਕਦੀ ਕਿਸੇ ਦੀ ਦੁਕਾਨ ਦੀ ਥੜੀ 'ਤੇ ਬਹਿੰਦੇ ਹਾਂ, ਕਦੀ ਕਿਸੇ ਦੀ 'ਤੇ। 60 ਸਾਲ ਇੱਥੇ ਐਮਐਲਏ ਸਿੱਖੜੀ ਸਾਹਿਬ ਵੀ ਕਰਕੇ ਗਏ, ਮੁੜ ਕੇ ਬਾਜਵਾ ਸਾਹਿਬ ਵੀ ਰਹੇ, ਸਾਨੀ ਵੀ ਰਿਹਾ, ਕਿਸੇ ਨੇ ਗਰੀਬਾਂ ਦਾ ਨਹੀਂ ਸੋਚਿਆ। ਇਹੋ ਹੀ ਐਮਐਲਏ ਲੋਕਾਂ ਦੇ, ਆਮ ਆਦਮੀ ਪਾਰਟੀਆਂ ਨੇ ਲੋਕਾਂ ਦਾ ਸੋਚਿਆ। ਇਹਨਾਂ ਤੋਂ ਵਧੀਆ ਕਿਸੇ ਨੇ, ਸਰਕਾਰ ਨੇ ਸਾਰਿਆਂ ਇਹਨੂੰ ਖਾਧਾ ਵਾ ਬਣਾਇਆ ਨਹੀਂ। ਸਾਡੀ ਗਰੀਬਾਂ ਦੀ ਛੱਤ ਬਣਾ ਕੇ ਦਿੱਤੀ ਆ। ਅਸੀਂ ਹੁਣ ਆਪਣੀ ਮਰਜ਼ੀ ਨਾਲ ਇੱਥੇ ਛਾਵੇਂ ਪੈਂਦੇ, ਸਿਆਲ 'ਚ ਮੀਂਹ ਕਣੀ ਆਵੇ ਬਹਿੰਦੇ ਹਾਂ। ਸਾਨੂੰ ਬਹੁਤ ਹੀ ਵਧੀਆ ਐਮਐਲਏ ਆ, ਅਸੀਂ ਇਹਨਾਂ ਦਾ ਕਰੋੜ ਕਰੋੜ ਧੰਨਵਾਦ ਕਰ। ਦੀਵਾਲੀ ਦੀ ਅੱਜ ਦੀਵਾਲੀ ਘੱਟ ਤੋਂ ਘੱਟ 1000-1200 ਬੰਦੇ ਦਾ ਉਹਨਾਂ ਨੇ ਅਰੇਂਜਮੈਂਟ ਕੀਤਾ, ਸਾਰਿਆਂ ਨੂੰ ਘਰ ਪ੍ਰਤੀ ਡੱਬਾ ਡੱਬਾ ਮਠਿਆਈ ਬੱਚਿਆਂ 'ਚ ਚੱਲੀ ਆ। ਅਸੀਂ ਬਹੁਤ ਹੀ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਕਰਦੇ ਹਾਂ।